ਤੱਕੜੀ ਨਾਨਕ ਦੀ ਚਿੱਟਾ ਜਿਹੜੀ ਚਿਮਜੀਠੀਆ ਤੋਲੇ ਇਹੋ ਜੇ ਬਲੈਕੀਆਂ ਨੂੰ ਹਾਏ ਇਹੋ ਜੇ ਬਲੈਕੀਆਂ ਨੂੰ ਤੁਸੀਂ ਇੱਕ ਵਾਰੀ ਸਬਕ ਸਿਖਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਤੇ ਲੈ ਕੇ ਹਾਜ਼ਰ ਹਾਂ ਜੀ ਖਰੀਆਂ ਖਰੀਆਂ। ਦੋਸਤੋ, ਅੱਜ ਖਰੀਆਂ ਖਰੀਆਂ ਵਿੱਚ ਗੱਲ ਕਰਦੇ ਹਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਇੱਕ ਬਜ਼ੁਰਗ ਵਿਅਕਤੀ ਦਾ, ਅਤੇ ਇਸ ਬਜ਼ੁਰਗ ਵਿਅਕਤੀ ਜਿੱਥੇ ਇਹਦੀ ਗਾਇਕੀ ਵਧੀਆ, ਇਸਨੇ ਆਪਣੀ ਗਾਇਕੀ ਦੇ ਨਾਲ ਸਮਾਜ ਨੂੰ ਮੈਸੇਜ ਦਿੰਦਿਆਂ ਜਿੱਥੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਾਰੀਫ ਕੀਤੀ, ਉੱਥੇ ਬਹੁਤ ਸਾਰੇ ਵੱਡੇ ਵੱਡੇ ਕਾਂਗਰਸ ਅਤੇ ਅਕਾਲੀ ਨੇਤਾਵਾਂ ਦੀ ਪੋਲ ਵੀ ਖੋਲ੍ਹੀ ਹੈ। ਦੇਖੋ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਇਹ ਵੀਡੀਓ। ਸਾਲ ਪੂਰੇ 70 ਹੋਏ ਹਾਏ, ਸਾਲ ਪੂਰੇ 70 ਹੋਏ, ਭਾਗ ਸੁੱਤੇ ਹੋਏ ਦੇਸ਼ ਦੇ ਜਗਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਸਮਾਂ ਬਦਲਾ ਪਾਲਦਾ ਬਾਦਲ ਦਾ ਮੁੰਡਾ ਦੇਖ ਲੋ, ਝੂਠ ਮਿੱਤਰ ਉਹ ਹਮੇਸ਼ਾ ਬੋਲੇ। ਤੱਕੜੀ ਨਾਨਕ ਦੀ ਚਿੱਟਾ ਜਿਹੜੀ ਚਿਮਜੀਠੀਆ ਤੋਲੇ ਇਹੋ ਜੇ ਬਲੈਕੀਆਂ ਨੂੰ ਹਾਏ ਇਹੋ ਜੇ ਬਲੈਕੀਆਂ ਨੂੰ ਤੁਸੀਂ ਇੱਕ ਵਾਰੀ ਸਬਕ ਸਿਖਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਸਮਾਂ ਬਦਲਾ ਪਾਲਦਾ ਕਦੇ ਕਾਂਗਰਸ ਆ ਗਈ, ਕਦੇ ਗੱਦੀ ਉੱਤੇ ਆਉਂਦੇ ਨੇ ਅਕਾਲੀ। ਜਦੋਂ 5 ਸਾਲ ਬੀਤਦੇ ਕਹਿ ਜਾਂਦੇ ਨੇ ਖਜ਼ਾਨਾ ਖਾਲੀ। ਹਾਏ ਰਾਜੇ ਰਜਵਾੜਿਆਂ ਨੂੰ, ਹਾਏ ਰਾਜੇ ਰਜਵਾੜਿਆਂ ਨੂੰ, ਇੱਕ ਵਾਰੀ ਤਾਂ ਗੱਦੀ ਤੋਂ ਲਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਸਮਾਂ ਬਦਲਾ ਪਾਲਦਾ ਜਿਹੜੇ ਹੱਕਾਂ ਲਈ ਲੜਦੇ, ਇਹਨਾਂ ਫੜ ਕੇ ਜੇਲ੍ਹਾਂ ਦੇ ਵਿੱਚ ਬਾੜੇ। 1984 ਨੂੰ ਅੱਗਾਂ ਲਾ ਕੇ ਦਿੱਲੀ 'ਚ ਸਿੱਖ ਸਾੜੇ। ਉਹ ਬੈਠੇ ਜਿਹੜੇ ਟਾਈਟਲ ਜਹੇ, ਹਾਏ ਬੈਠੇ ਜਿਹੜੇ ਟਾਈਟਲ ਜਹੇ, ਫੰਦਾ ਇੱਕ ਵਾਰੀ ਗਲ 'ਚ ਪਵਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਸਮਾਂ ਬਦਲਾ ਪਾਲਦਾ ਉਹ ਕਾਲੇ ਅੰਗਰੇਜ਼ ਦੇਖ ਲੋ, ਲੋਕੋ ਮੁੜ ਕੇ ਗੱਦੀ ਤੇ ਆਏ। ਭਗਤ ਸਰਾਭੇ ਵਰਗੇ ਜਿਨ੍ਹਾਂ ਦੇ ਕੇ ਗਵਾਈਆਂ ਫਾਂਸੀ ਲਾਏ, ਉਹ ਇਹੋ ਜਿਹੇ ਸਾਮਰਾਜ ਨੂੰ, ਹਾਏ ਇਹੋ ਜਿਹੇ ਸਾਮਰਾਜ ਨੂੰ ਚੇਤੇ ਭਗਤ ਸਿੰਘ ਕਰਵਾ ਦੋ। ਸਮਾਂ ਬਦਲਾ ਪਾਲਦਾ ਵੋਟਾਂ ਕੇਚਰੀ ਬਾਲ ਨੂੰ ਪਾ ਦੋ। ਸਮਾਂ ਬਦਲਾ ਪਾਲਦਾ ਇਹੋ ਜਿਹਾ ਵੇਲਾ ਮਿੱਤਰੋ, ਤੁਹਾਨੂੰ ਮੁੜ ਕੇ ਕਦੇ ਨਹੀਂ ਹੱਥ ਆਉਣਾ। ਪੂਰਾ 100 ਸਾਲ ਦੇਖ ਲੋ, ਨੀਵੀਂ ਪਾ ਕੇ ਪਊਗਾ ਪਛਤਾਉਣਾ। ਹੋਏ ਬਾਬਰ ਦਲੇਰ ਬਣ ਕੇ, ਹਾਏ ਬਾਬਰ ਦਲੇਰ ਬਣ ਕੇ,
ਨਾਰਾ ਇਨਕਲਾਬ ਦਾ ਲਾ ਦੋ, ਸਮਾਂ ਬਦਲਾ ਪਾਲਦਾ, ਵੋਟਾਂ ਕੇਜਰੀ ਬਾਲ ਨੂੰ ਪਾ ਦੋ, ਸਮਾਂ ਬਦਲਾ ਪਾਲਦਾ, ਐ ਨਹੀਂ ਉਹ ਹਾਰ ਮੰਨਦੇ, ਇਹਨੇ ਸੱਤ ਪੱਤਣਾ ਦੇ ਤਾਰੂ, ਉਹ ਸਾਰਾ ਕੁਝ ਸਾਫ ਕਰ ਦੋ, ਤੁਸੀਂ ਐਸਾ ਮਾਰ ਦਿਓ ਝਾੜੂ, ਸਾਰਾ ਕੁਝ ਸਾਫ ਕਰ ਦੋ, ਤੁਸੀਂ ਐਸਾ ਮਾਰ ਦੋ ਝਾੜੂ, ਬਾਬਰ ਦਲੇਰ ਬਣ ਕੇ, ਹਾਏ ਬਾਬਰ ਦਲੇਰ ਬਣ ਕੇ, ਮੋਰਾ ਭੁੱਲਿਆ ਝਾੜੂ ਤੇ ਲਾ ਦੋ, ਸਮਾਂ ਬਦਲਾ ਪਾਲਦਾ, ਵੋਟਾਂ ਕੇਜਰੀ ਬਾਲ ਨੂੰ ਪਾ ਦੋ, ਸਮਾਂ ਬਦਲਾ ਪਾਲਦਾ, ਵੋਟਾਂ ਆਪ ਆਪ ਨੂੰ ਪਾ ਦੋ, ਸਮਾਂ ਬਦਲਾ ਪਾਲਦਾ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਸੋ ਦੋਸਤੋ, ਤੁਸੀਂ ਵੀ ਦੇਖਿਆ ਹੈ ਕਿ ਇਸ ਤਰ੍ਹਾਂ ਇੱਕ ਬਜ਼ੁਰਗ ਵਿਅਕਤੀ ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਵੀਡੀਓ ਰਾਹੀਂ ਜਿੱਥੇ ਕੇਂਦਰੀ ਸਰਕਾਰ ਦੀ ਤਾਰੀਫ ਕਰ ਰਿਹਾ ਵੀ ਕੇਂਦਰੀ ਸਰਕਾਰ ਨੇ ਇੰਨੇ ਕੰਮ ਕੀਤੇ ਆ ਲੋਕਾਂ ਲਈ, ਉੱਥੇ ਹੀ ਕਿਤੇ ਨਾ ਕਿਤੇ ਅਕਾਲੀਆਂ ਦੇ, ਪੰਜਾਬ ਦੇ ਕਹਿ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਚਿੱਠੇ ਖੋਲ ਰਿਹਾ। ਇਹ ਵੀਡੀਓ ਤੋਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ? ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਦੇ ਤਾਜ਼ਾ ਅਪਡੇਟ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।